ਸ਼ਾਇਦ ਆਪਣਾ ਓਮਲੇਟ ਰੈਡੀ ਹੋ ਗਿਆ, ਆਪਾਂ ਨੂੰ ਆਵਾਜ਼ ਲੱਗ ਗਈ ਅਤੇ ਉਹਨੂੰ ਆਪਾਂ ਓਮਲੇਟ ਲੈ ਕੇ ਆਉਂਦੇ ਹਾਂ।
ਹੁਣ ਦਿਖਾਉਂਦੇ ਆਪਾਂ ਕੀ ਖਾ ਲਿਆ। ਇਹ ਆਪਣੀ ਮੈਸ ਆਮਲੇਟ, ਆਪਣਾ ਐਗ ਵਾਈਟਸ, ਇਟਸ ਰੈਡੀ। ਐਂਡ ਆਪਾਂ ਖਾ ਰਹੇ ਹਾਂਗੇ ਫਰੂਟਸ, ਇਹਦੇ ਨਾਲ ਆਪਣੇ ਬਦਾਮ ਐਂਡ ਨਟਸ, ਨਾਲ ਅੰਜੀਰ ਆ ਬੋਇਲਡ ਵਿੱਚ, ਐਂਡ ਬੋਇਲਡ ਐਗਸ, ਇੱਧਰ ਆਮਲੇਟ, ਇੱਧਰ ਆਪਣੇ ਸਰਦਾਰ ਸਿੰਘ ਟਿਵਾਣਾ ਮੰਡੀ ਗੋਬਿੰਦਗੜ੍ਹ। ਮੈਂ ਆ ਗਿਆ ਬ੍ਰੇਕਫਾਸਟ ਕਰਕੇ, ਟਾਈਮ ਹੋ ਗਿਆ ਅਰਾਊਂਡ 8:15 ਦੇ ਕਰੀਬ ਹੋ ਗਏ। ਹੁਣ ਮੈਂ ਚੱਲਿਆ ਰੇਨ ਜਾ ਕੇ ਕਰਾਂਗੇ ਟ੍ਰੇਨਿੰਗ, ਉਹ ਪਿੱਛੇ ਬਿਲਡਿੰਗ ਰਹੀ ਆਪਣਾ ਹੋਸਟਲ। ਆਪਣੀ 10 ਮੀਟਰ ਰੇਂਜ, ਇਹ ਹੈ ਹਮਾਰੇ ਗੌਰਵ ਰਾਣਾ ਜੀ ਟਰਾਈ ਕਰ ਰਹੇ ਹੈ। ਇਤਨਾ ਅੱਛਾ ਚਲਾ ਰਹਾ ਥਾ, ਇੱਕ ਸੀਜ਼ਨ ਮੈਂ ਕਿਆ ਕਰ ਦਿਆ ਜੀ। ਇਹ ਸਾਥ ਮੇ ਮਹਾਰਾਜ ਬਾਈ ਨੇ 631.5 ਇਹ ਹੈ ਕਹਾਂ ਗਿਆ, ਅਜੇ ਮਲਿਕ ਨਵਾਂ ਆਇਆ ਵੀ NCV ਮੇ, ਅੱਛਾ ਸ਼ੂਟਰ ਇਹ ਟੀਨੂੰ, ਬਸ ਅਕਸ਼ੇ ਕੁਮਾਰ ਦੀ ਤਰ੍ਹਾਂ ਖੜਾ ਰਹੇ।
ਆ ਗਿਆ ਹੁਣ ਟ੍ਰੇਨਿੰਗ ਕਰਕੇ ਰੇਂਜ ਤੋਂ ਬਾਹਰ। ਮੈਂ ਇੱਕ ਵਾਰੀ ਰੂਮ 'ਚ ਜਾਊਂਗਾ, ਆਪਣਾ ਬੈਗ ਵਗੈਰਾ ਰੱਖੂੰਗਾ ਉੱਥੇ, ਬੈਗ ਰੱਖ ਕੇ ਫਿਰ ਵਾਪਿਸ ਆਊਂਗਾ। ਫਿਰ ਆਪਾਂ ਕਰਦੇ ਹਾਂ ਲੰਚ ਵਿੱਚ ਦੀ, ਜਾਂਦੇ ਜਾਂਦੇ ਆਪਾਂ ਨੂੰ ਕੰਮ ਪੈ ਗਿਆ, ਫੋਨ ਆ ਗਿਆ ਐਕਚੁਅਲੀ ਸਰਬਜੋਤ ਦਾ, ਉਹਦੇ ਕੋਲ ਪਿੱਛੇ ਹੋਸਟਲ, ਹੋਸਟਲ ਗੇਟ 'ਤੇ ਜਾ ਕੇ ਮੁੜ ਕੇ ਆਇਆ ਮੈਂ। ਉਹਦੀ ਕਿੱਟ ਹੈ ਨਾ, ਅੱਜ ਉਹਨੇ ਜਾਣਾ ਸ਼ਾਮ ਨੂੰ ਸ਼ਾਇਦ 4-5 ਵਜੇ, ਏਸ਼ੀਅਨ ਗੇਮ ਦੀ ਟੀਮ ਜਾ ਰਹੀ ਹੈ ਜੀ। ਉਹ ਕਹਿੰਦਾ ਮੈਂ ਥੋੜ੍ਹਾ ਲੇਟ ਹੋ ਜੂੰਗਾ, ਮੇਰੀ ਜੋ ਸਪੋਰਟਸ ਕਿੱਟ ਹੈ ਉਹ ਫੜ ਕੇ ਰੱਖ ਲਏ। ਮੈਂ ਚੱਲਦਿਆਂ, ਫਾਈਨਲ ਹਾਲ ਧੁੱਪ ਬਹੁਤ ਹੈ, ਉੱਥੇ ਜਾ ਕੇ ਇਹਦੀ ਕਿੱਟ ਲੈ ਕੇ ਫਿਰ ਮੈਂ ਵਾਪਿਸ ਹੋਸਟਲ ਆਉਣਾ। ਫਿਰ ਲਓ ਜੀ ਕਿੱਟ ਲੈ ਲਈ ਆਪਾਂ, ਦੋ ਸੂਟ ਟੈਸਟ ਕਰਦੇ ਮੈਨੂੰ, ਮੈਨੂੰ ਸੀਗਾ ਥੋੜ੍ਹਾ ਸਮਾਨ ਹੀ ਹੋਣਾ, ਟੀ ਸ਼ਰਟ ਲੋਰ, ਪਰ ਇਹਦੇ ਵਿੱਚ ਹੀ ਆ ਸਭ ਕੁਛ, ਕਹਿੰਦੇ ਸ਼ੂਜ਼ ਵਗੈਰਾ, ਜੋ ਆਪਣੇ ਟੀ ਸ਼ਰਟਸ ਵਗੈਰਾ ਐਂਡ ਟਰੈਕ ਸੂਟ, ਦੋ ਸੂਟ ਦੇ ਦਿੱਤੇ। ਮੈਂ ਜਾ ਕੇ ਰੂਮ 'ਚ ਰੱਖਦਾ। ਆਪਣੇ ਰੂਮ ਸੈਕਿੰਡ ਫਲੋਰ 'ਤੇ ਸੈਕਿੰਡ, ਥੋੜ੍ਹੀ ਸਲੋ ਹੈ, ਆਪਣਾ ਰੂਮ ਦੇਖ ਲਓ ਇਸ ਟਾਈਮ ਆ ਗਿਆ, ਇਹ ਦੁਪਹਿਰੇ ਸੌਣ ਦਾ ਟਾਈਮ ਸੀ, ਇਹ ਆ ਕੇ ਉੱਠ ਕੇ ਕਿੱਟ ਦੇਖਦੇ ਹੈਗੇ, ਇਹਨੂੰ ਜੋ ਮਿਲੀ ਆ ਜੋ ਫੜ ਕੇ ਲਿਆਇਆ ਮੈਂ ਉੱਥੋਂ, ਖੋਲ ਛੇਤੀ ਚੱਪਲ, ਗੰਦੀ ਚੱਪਲ ਨਹੀਂ ਆ, ਵਧੀਆ ਹੋਰ ਕੀ ਹੈ, ਲਿਬਰਟੀ, ਵਾਹ ਚੱਕ ਇੰਨੇ ਸਟਿੱਕਰ ਨੇ, ਦਿਖਾ ਦੋ ਸਾਰੇ ਲੈਣੇ ਗਾਇਸ, ਦੂਰੋਂ ਵੇਖਣਾ ਗਾਇਸ, ਕੋਲੋਂ ਦੂਰੋਂ ਵੇਖਣਾ, ਲੈ ਟੀਮ ਇੰਡੀਆ ਗਾਇਸ ਆ ਲੋ ਬੈਚ 20, ਇਹ ਆਪਾਂ ਕੀ ਹੋਵੇ ਕਰਾਂ, ਜੋ ਲਾਈਕ ਸਬਸਕ੍ਰਾਈਬ ਸ਼ੇਅਰ ਕਰੂਗਾ ਗਿਵ ਅਵੇ ਕਰਾਂਗੇ ਆਪਾਂ ਇਹ ਬੈਚਸ ਦਾ। ਆ ਦੇਖੋ ਸਟਿੱਕਰ ਮਿਲੇ ਆ, ਆਪਾਂ ਇੱਥੇ ਲਾਵਾਂਗੇ, ਆ ਦੇਖੋ ਆ ਸਜਾਉਣੀ ਆਪਾਂ ਦੀਵਾਰ ਜਿਹੜੀ ਆ ਹਨਾ ਕੰਧ, ਆਪ ਦੇਖੋ ਇੱਧਰ ਵੀ ਅਸੀਂ ਥੋੜ੍ਹਾ ਅਸੀਂ ਮੋਟੀਵੇਟ ਹੁੰਦੇ ਰਹਿਣੇ ਆਗੇ, ਦੇਖ ਦੇਖ ਕੇ ਨਾ ਰਿਲੈਕਸ ਵੀ ਫੋਕਸ, ਸਵੇਰੇ 5 ਵਜੇ ਡੱਕੀ ਮਾਰਦੇ ਆ, 5 ਵਜੇ ਸਵੇਰ ਉੱਠੇ, ਉਹ ਜੁੱਤੇ ਵਾਹ ਸਪੋਰਟਸ ਵਾਲੇ ਇਹ ਵੀ ਦੇਣ ਲੱਗ ਗਏ ਲਿਬਰਟੀ, ਕੀ ਬਾਤ ਹੈ, ਵੱਡੇ ਤਾਂ ਨਹੀਂ ਯਾਰ, ਵੱਡੇ ਹੀ ਨੇ ਹੈਨਾ, ਵੱਡੇ ਵੱਡੇ ਤਾਂ ਹੈ, ਜਰਾ ਨਹੀਂ ਆਉਂਦੀ ਐਵੇਂ ਹੀ ਪਾ ਲੈਣਾ, ਪਾ ਕੇ ਤਾਂ ਦੇਖਣਾ। ਦੇਖੋ ਜੀ ਆ ਜੁੱਤੇ ਦਿੱਤੇ ਫਾਰਮਲ ਸ਼ੂਜ਼,
ਐਵੇਂ ਪਾ ਲਾ ਯਾਰ, ਐਵੇਂ ਇੱਕ ਵਾਰੀ ਟਰਾਈ ਕਰ ਲੈ। ਇੱਧਰ ਦੀ ਕੀ ਲੱਗਦਾ, ਉਹ ਸੋਹਣਾ ਰਿਹਾ ਓਏ ਅੱਜ, ਪਤਾ ਨਹੀਂ ਲਾਈਟ ਵਧੀਆ ਪੈ ਰਹੀ ਇੱਧਰੋਂ, ਸ਼ੂ ਬੈਗ ਸਭ ਕੁਝ। ਵਾਓ ਜੀ, ਸੈਮਸੰਗ ਨਾਈਟ ਇਹਦਾ ਸੂਟ ਕੇਸ ਨਾਲ ਲੈ ਮਿਲ ਗਈ, ਜਦੋਂ ਮਿਲ ਗਈ ਇੱਥੇ ਟਰਾਈ ਕਰ ਸਕੈਚਰ ਦਾ ਕਿੰਨੇ ਦੀ ਹੈ, ਇੱਕ 200 ਇਸ ਤੋਂ ਮੈਂ ਕਿਹਾ ਦੋਸਤੀ ਹੈ ਫਿਰ ਐਵੇਂ ਨਾ ਕਰ, ਵਲੌਗ ਸ਼ੂਟ ਹੋ ਰਿਹਾ ਬੇਇੱਜ਼ਤੀ ਕਰ ਰਿਹਾ, ਕਦੇ ਅੱਗੇ ਤੋਂ ਤੈਨੂੰ ਦੇਣ ਨਾ ਰੋਕਦਾ ਆ, ਉਹ ਤਾਂ ਬੰਦ ਕਰ ਦੇ ਅੱਗੇ ਉਹ ਵਾਰਡਰੋਬ ਉਹ ਲੋਫਰ ਵਾਲੇ ਲੈ ਕੇ ਜਾਣੀ ਹੈ ਮੈਂ ਸੋਖੀ ਕਰਨੀ ਹੈ ਸ਼ੋਪਿੰਗ। ਹੁਣ ਕਿਹੜਾ ਟਾਈਮ ਹੈ, 4 ਵਜੇ ਤਾਂ ਜਾਣਾ ਤੁਸੀਂ, 5 ਵਜੇ ਬਸ ਫਲਾਈਟ, ਕਿੰਨੇ ਵਜੇ ਹੈ, 8 ਵਜੇ, 4 ਘੰਟੇ ਪਹਿਲਾਂ ਟਾਈਮ ਵੀ ਤੁਹਾਨੂੰ ਲੱਗ ਜੂ, ਉੱਥੇ ਸਾਰੇ ਜਾਣਗੇ ਸ਼ਾਟਗਨ ਨਾਲ ਵੀ ਜਾ ਰਹੇ ਨਾ ਅੱਜ, ਵਾਹ ਲੁੱਕ ਦੇਖੋ, ਹੋਰ ਦੇਖ ਹੁਣ ਕੀ ਇਹਦੇ 'ਚ, ਉਹ ਸ਼ੂਜ਼ ਦਾ ਦੇਖ ਲੈ ਸਕੈਚਰਸ ਯਾਰ, ਸਿੰਪਲ ਜਿਹੇ ਦੇ ਤੇ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ, ਮੇਰੇ ਲਈ ਦਿਖਾ, ਯੂਕੇ 9 ਹੈ ਨਾ ਤੇਰਾ, ਮੇਰਾ ਅੱਛੇ ਗਿਫਟ ਹੈ ਮੇਰੇ ਲਈ, ਇਹ ਤਾਂ ਫਿਰ ਮੈਂ ਹੀ ਖੁਦ ਲੈ ਕੇ ਆਇਆ, ਤੂੰ ਕੀ ਲੈ ਕੇ ਆਇਆ, ਤੇਰਾ UK 8 ਆਉਂਦਾ ਨਾ, ਮੇਰੇ UK 7 UK 8, ਇਹਦਾ ਵੈਸੇ ਵੀ ਘਰਦਿਆਂ ਨੂੰ ਦੇਣ ਵਾਲੇ ਨੇ ਤਾਂ, ਇੰਨੇ ਵਧੀਆ ਹੈ ਨਾ, ਨਾਈਕੀ ਚੱਲਦੇ ਆਪਾਂ, ਐਵੇਂ ਨਾ ਬੇਇੱਜ਼ਤੀ ਕਰ, ਅੱਗੇ ਤਾਂ ਤੈਨੂੰ ਦੇਣੇ ਵੀ ਨਹੀਂ ਉਹਨਾਂ ਨੇ, ਸਹੀ ਗੱਲ ਆ ਯਾਰ, ਹੋਰ ਦੇ ਓਏ ਯਾਰ, ਉਹ ਛੱਡ ਟੀ ਸ਼ਰਟ, ਮੈਂ ਤੁਹਾਡੇ ਟਰੈਕ ਸੂਟ ਟੀ ਸ਼ਰਟ ਦੇਖੇ ਨੇ, ਵਧੀਆ ਬਹੁਤ ਵਧੀਆ ਬਹੁਤ ਵਧੀਆ, ਬਹੁਤ ਹੀ ਸੋਹਣਾ ਡਿਜ਼ਾਈਨ ਹੈ, ਆ ਕੀ ਇਹਦੇ 'ਚ ਟਰੈਕ ਸੂਟ ਹੀ ਲੱਗ ਰਿਹਾ ਮੈਨੂੰ, ਇਹ ਬਲੇਜ਼ਰ ਬਲੇਜ਼ਰ ਹੈ, ਵਾਓ ਓਏ ਆ ਉਹਤੇ ਲਾ ਲਈ ਪੈਲੀਕਨ 'ਤੇ, ਸਰਬਜੋਤ ਸਿੰਘ ਸ਼ੂਟਿੰਗ ਇੰਡੀਆ, ਬਲੇਜ਼ਰ ਅਨਪੈਕਿੰਗ, ਇਹ ਕੀ ਕੁੜਤਾ ਨਾਲ ਜੈਕਟ ਹੈ, ਇਹ ਵਾਲੀ ਪਾਉਂਗੇ ਤੁਸੀਂ ਡਰੈਸ, ਮੈਨੂੰ ਲੱਗਿਆ ਸੀਗਾ ਬਲੇਜ਼ਰ ਵਗੈਰਾ ਹੋਊਗਾ ਨਾਲ, ਫਿਰ ਪਜਾਮਾ ਵੀ ਹੋਏ ਵਾਈਟ ਹੈ, ਹਲਦੀ ਸੈਰੇਮਨੀ ਵਾਲੇ ਲੱਗਦੇ ਮੈਨੂੰ, ਵਿਆਹ ਚ ਵੀ ਕੰਮ ਆ ਜਾਣਗੇ ਤੇਰੇ, ਵਿਆਹ ਚ ਹੋਰ ਕੀ, ਇਹਦੇ ਚ ਤਾਂ ਨੀ ਕੁਛ, ਇੱਧਰ ਤਾਂ ਕੁਛ ਹੈ ਨੀ ਨਾ, ਸੂਟ ਕੇਸ ਇਹ ਛੋਟੇ ਵਾਲਾ ਖਾਲੀ ਲੱਗ ਰਿਹਾ ਸੀ ਤਾਂ ਮੈਨੂੰ ਸ਼ਾਇਦ, ਬਸ ਆਹੀ ਹੈ ਕਿਟ, ਜਿਹੜੇ ਦੂਜੇ ਸੀ ਟਰੈਕ ਸੂਟ ਵਗੈਰਾ ਉਹ ਉੱਥੇ ਪਈ ਆ, ਉੱਥੇ ਓਕੇ, ਚਲ ਇਹਨੂੰ ਜੀ ਬੈਸਟ ਆਫ ਲੱਕ ਕਹਿ ਦਿਓ, ਸਾਰੇ ਜਾ ਰਹੇ ਅੱਜ ਚਾਈਨਾ ਜਾ ਰਹੇ ਹੋ ਨਾ ਤੁਸੀਂ, ਚਾਈਨਾ ਜਾ ਰਹੇ ਏਸ਼ੀਅਨ ਗੇਮਸ ਲਈ, ਬੈਂਗਲੋਰ
ਚਾਈਨਾ ਜਾ ਰਹੇ ਏਸ਼ੀਅਨ ਗੇਮਸ ਲਈ, ਉੱਥੋਂ ਸਾਰੇ ਤੁਸੀਂ ਦੁਆ ਕਰੋ ਕਿ ਮੈਡਲ ਲੈ ਕੇ ਆਇਓ, ਫਿਰ ਆਪਾਂ ਪਾਰਟੀ ਕਰਾਂਗੇ। ਕਰਾਂਗੇ ਜਾਂ ਨਹੀਂ ਕਰਾਂਗੇ? ਕਿੱਥੇ ਜਾਣਾ? ਆਪਾਂ ਪਹਿਲਾਂ ਤਾਂ ਬੰਗਲਾ ਸਾਹਿਬ ਜਾਵਾਂਗੇ। ਠੀਕ ਆ ਬਾਈ, ਮੇਰੇ ਕੋਲ ਇਹੋ ਜਿਹੀ ਤਾਂ ਹੈਗੀ ਆ, ਆਹ ਕਲਰ, ਆਹ ਵਾਲਾ ਕਲਰ ਸੋਹਣਾ ਲੱਗੂਗਾ। ਚਲੋ ਜੀ, ਅਸੀਂ ਕਰਦੇ ਆ ਡਿਸਾਈਡ ਕਿਹੜੀ ਪੱਗ ਬੰਨਣੀ ਆ, ਫਿਰ ਦੱਸਦੇ ਆ। ਕਰਦੇ ਆਪਾਂ ਇਹਨੂੰ ਵਿਦਾ। ਆ ਫੋਨ ਰਹਿ ਗਿਆ ਤੇਰਾ, ਚੱਕ ਫੋਨ। ਟਾਈਮ ਕਿੰਨਾ ਹੋ ਗਿਆ? ਟਾਈਮ 2:26। ਸਪੀਡ ਵੇਖ ਲਾ ਫਿਰ। ਵਾਓ, ਚੱਲ ਹੁਣ ਵਗ ਜਾ। ਹੁਣ ਮੈਂ ਕਿੰਨਾ ਕੁ ਟਾਈਮ ਵੇਟ ਕਰੂੰ? ਮੈਂ ਚੀਜ਼ਾਂ ਨਹੀਂ ਕਰਦਾ ਜਾਣਾ। ਚੱਲ ਚੰਗਾ, ਬਾਏ। ਓਕੇ ਗਾਇਸ, ਬਾਏ ਬਾਏ ਕਰ ਦੋ, ਬੈਸਟ ਆਫ ਲੱਕ। ਵਧੀਆ ਕਰਨਾ। ਸਾਹਮਣੇ ਵਾਲਾ ਝੰਡਾ ਜਿਹੜਾ ਉਹ ਉੱਪਰ ਜਾਣਾ ਚਾਹੀਦਾ, ਉਹ ਸਿਖਰਾਂ ਤੇ। ਚਾਈਨਾ ਵਾਈਨਾ ਸਭ ਫੇਰ ਕਰ ਦੇਣਾ ਆਪਾਂ। ਹਾਂ, ਇਹ ਸਾਹਮਣੇ ਵਾਲਾ ਵੀ ਆਪਣੇ ਓਲੰਪੀਅਨ ਦਾ ਰੂਮ ਹੈ, ਆਪਣੇ ਅਭਿਸ਼ੇਕ ਜਿਹੜਾ ਇਹ ਰੂਮ ਹੈ, ਇਹ ਵੀ ਆਪਣੇ ਓਲੰਪੀਅਨ ਦਾ। ਇਹ ਗੱਦਾਰ ਆ, ਇਹ ਮਿਸਟਰ ਸੌਰਵ ਚੌਧਰੀ, ਇਹਦੀ ਇਨਸਾਨੀਅਤ ਹੀ ਨਹੀਂ ਹੈਗੀ। ਮਜ਼ਾਕ ਕਰਦਾ ਜੀ, ਬੰਦਾ ਠੀਕ ਹੈ। ਚੱਲ ਓਕੇ, ਬਾਏ, ਸੀ ਯੂ। ਕਿਹੜੀ ਏਅਰਲਾਈਨ ਹੈ? ਕੈਥੇ ਪੈਸੀਫਿਕ। ਕਿਹੜੀ? ਗੇਟ ਨੰਬਰ 8 ਤੇ ਖੜੀ ਹੋਊਗੀ। ਓਕੇ, 10:40 ਰਾਤ, 10:40 ਤੇ ਅਰਾਈਵਲ ਔਰ ਡਿਪਾਰਚਰ ਹੈ। 8 ਵਜੇ ਪਹੁੰਚਣਾ, 6:50 ਤੇ ਅਰਾਈਵਲ ਹੈ। ਚਲੋ ਵਧੀਆ ਜੀ, ਚਲੋ ਜਾਓ। ਬਾਏ ਬਾਏ ਬਾਏ। ਚਾਈਨਾ ਐਕਸਪਲੋਰ ਕਰੋ ਤੇ ਕੁਝ ਵਧੀਆ ਲੈ ਕੇ ਆਈ ਮੇਰੇ ਲਈ, ਚਾਈਨਾ ਤੋਂ ਵਲੌਗ ਦਾ ਸਮਾਨ ਲੈ ਕੇ ਆਉਂਦਾ ਤੇਰੇ ਲਈ। ਹਾਂ, ਵਲੌਗਿੰਗ ਮਟੀਰੀਅਲ, ਇਕਵਿਪਮੈਂਟਸ ਬਾਈ। ਹੋਰ ਜੀ, ਗਾਰਡ ਸਾਹਿਬ, ਕੀ ਹਾਲ ਹੈ? ਟਾਈਮ ਹੋ ਗਿਆ ਜੀ 5:30 ਸ਼ਾਮ ਦੇ, ਚੱਲੇ ਹਾਂ ਆਪਾਂ ਵਰਕਆਊਟ ਕਰਨ। ਤੁਹਾਨੂੰ ਬਾਂਦਰ ਦਿਖਾਈਏ, ਦੇਖੋ ਸਾਫ ਪਾਈਆਂ ਤਗੜੀਆਂ ਨੇ। Thank you.
ਔਸਮ ਇਟਸ ਟਾਈਮ ਫੋਰ ਪੋਸਟ ਵਰਕਆਊਟ ਡਰਿੰਕ।